ਤੇ ਉਹਨਾਂ ਰੇਡੀਓ ਦੇ ਸਤਿਕਾਰਾ ਸੌਣ ਤੋਂ ਤੁਹਾਡੀ ਪੇਸ਼ੇ ਨਜ਼ਰ ਹੈ ਬਲਦੇਵ ਸਿੰਘ ਦੀ ਕਹਾਣੀ ਗਿੱਲੀਆਂ ਛਟੀਆਂ ਦੀ ਅੱਗ ਪਰਵੀਆਂ ਟਾਲੀਆਂ ਦੀ ਸੰਘਣੀ ਛਾਂ ਦੇ ਵਿੱਚੋਂ ਲੰਘ ਕੇ ਤਾਰੋ ਜੋ ਕਾਮਿਆਂ ਦੀ ਕੁੜੀ ਸੀ ਚੌੜੇਰਾਹ ਉੱਪਰ ਪਿੰਡ ਵੱਲੋਂ ਤੁਰ ਪਈ ਸਾਰਾ ਦਿਨ ਦੀ ਥਕਾਵਟ ਨੇ ਉਸ ਨੂੰ ਆਪਣਾ ਅੰਗ-ਅੰਗ ਦੁਖਣ ਲਾ ਦਿੱਤਾ ਸੀ ਜਿਵੇਂ ਹੱਡ ਭੰਨਣੀ ਲੱਗੀ ਹੋਵੇ ਤੇ ਉਸ ਨੂੰ ਭਖ ਜਈ ਵੀ ਮਹਿਸੂਸ ਹੋ ਰਹੀ ਸੀ ਤਾਰੋ ਨੇ ਆਪਣੇ ਕੁਰਤੀ ਦੇ ਥੱਲੇ ਦੀ ਆਪਣਾ ਢੱਡ ਪਲੋਸਿਆ ਤੇ ਉਸ ਨੂੰ ਆਪਣਾ ਢੱਡ ਕੋਸਾ ਕੋਸਾ ਜੱਪਿਆ ਤੇ ਉਹ ਪਿੰਡ ਦੇ ਨੇੜੇ ਆ ਗਈ ਪਿੰਡੋਂ ਬਾਹਰ ਫਰਨੀ ਦੇ ਲਾਗੇ ਹਰੀ ਸਿੰਘ ਹਰੀ ਵਰਸ਼ਾ ਲਈ ਖੜਾ ਸੀ ਤਾਰੋ ਨੇ ਡੂੰਗੀ ਪੜਤਾਲ ਵੀ ਨਗਾਹ ਨਾਲ ਉਸ ਨੇ ਹਰੀ ਸਿੰਘ ਨੇ ਡੂੰਗੀ ਪੜਤਾਲ ਵੀ ਨਗਾਹ ਨਾਲ ਦੂਰੋਂ ਤੁਰੀ ਆਉਂਦੀ ਤਾਰੋ ਬੰਨੀ ਤੱਕਿਆ ਤੇ ਫਿਰ ਆਸੇ-ਪਾਸੇ ਵੀ ਚੋਰਾਂ ਦੀ ਤਰ੍ਹਾਂ ਨਜ਼ਰ ਮਾਰੀ ਜਿਵੇਂ ਉਹ ਤਾਰੋ ਨੂੰ ਤਾੜਦਾ ਹੋਵੇ ਤਾਰ ਨੂੰ ਵੀ ਲੱਗਿਆ ਕਿ ਜਿਵੇਂ ਇਹ ਬਰਸ਼ਾ ਉਸ ਦੀ ਹਿੱਕ ਦੇ ਵਿੱਚ ਆ ਖੋਬਿਆ ਹੋਵੇ। ਤਾਰੋ ਦੇ ਸਿਰ ਤੇ ਗਿੱਲੀਆਂ ਛਟੀਆਂ ਦੀ ਭਰੀ ਚੱਕੀ ਹੋਈ ਸੀ ਤੇ ਸੱਪ ਬਣ ਕੇ ਉਹ ਛਟੀਆਂ ਉਸ ਦੇ ਜ਼ਖਮ ਤੇ ਰੀਂਗਦੀਆਂ ਉਸ ਨੂੰ ਜਾਪੀਆਂ। ਤਾਰੋ ਦੇ ਚਿਹਰੇ ਤੇ ਗੁੱਸੇ ਦੀ ਤਰੇਲੀ ਆ ਗਈ ਤੇ ਹਰੀ ਬਰਸ਼ਾ ਚੱਕੀ ਉਹਦੇ ਹੋਰ ਨਜ਼ਦੀਕ ਆ ਗਿਆ। ਹਰੀ ਨੇ ਗਾਲ ਦੇ ਵਿੱਚੋਂ ਇੱਕ ਦੱਬਵਾ ਜਿਹਾ ਖੰਘੂਰਾ ਮਾਰਿਆ। ਜਣਕੇ ਤਾਰੋ ਨੂੰ ਆਪਣੇ ਉੱਥੇ ਖੜੇ ਹੋਣ ਦਾ ਅਹਿਸਾਸ ਕਰਾਇਆ ਤੇ ਹਰੀ ਖੰਘੂਰਾ ਮਾਰ ਕੇ ਬੋਲਿਆ ਕਹਿ ਤਾਂ ਗੱਡੇ ਤੇ ਲੱਦ ਕੇ ਘਰ ਛੱਡਾਵਾਂ ਏ ਕਹਿ ਕੇ ਹਰੀ ਨੇ ਆਪਣਾ ਤਾਜਰਾ ਚਾਦਰਾ ਛੰਡਿਆ ਤੇ ਖਜਰੀ ਜਿਹੀ ਨਿਗਾਹ ਨਾਲ ਕਮਿਨੀ ਜਿਹੀ ਨਿਗਾਹ ਨਾਲ ਤਾਰੋ ਵੱੰਨੀ ਚੱਕਿਆ ਤੇ ਮੂਰ ਨੂੰ ਤਾਰੋ ਨੇ ਗੁੱਸੇ ਨਾਲ ਜਵਾਬ ਦਿੱਤਾ ਤੂੰ ਆਈ ਜਾਈਂ ਇਹਨਾਂ ਕਹਿ ਕੇ ਤਾਰੋ ਨੇ ਭੁੰਜੇ ਥੁੱਕ ਦਿੱਤਾ ਉਕੇ ਆਮ ਪਿੰਡਾਂ ਦੇ ਵਿੱਚ ਕਿਸੇ ਨੂੰ ਕੁਛ ਕਹਿ ਕਿ ਜਾਂ ਵੇਖ ਕੇ ਥੁੱਕ ਦੇਣ ਦਾ ਮਤਲਬ ਹੁੰਦਾ ਕਿ ਉਸ ਨੂੰ ਬਹੁਤ ਨਫ਼ਰਤ ਕਰਦਾ ਤਾਰੋ ਨੇ ਜਦੋਂ ਦੇਖਿਆ ਕਿ ਉਸਤੇ ਬੋਲੇ ਦਾ ਕਿ ਤੂੰ ਆ ਹੀ ਜਾਈ ਤਾਰੋ ਦੇ ਜਵਾਬ ਦਾ ਜਦੋਂ ਹਰੀ ਨੇ ਕੋਈ ਜਵਾਬ ਨਾ ਦਿੱਤਾ ਤਾਰੋ ਨੇ ਛਟੀਆਂ ਦੀ ਭਰੀ ਨੂੰ ਫਿਰ ਹੱਥਾਂ ਤੇ ਥੋੜਾ ਜਿਹਾ ਝੁੱਕ ਕੇ ਧੌਣ ਨੂੰ ਸਿੱਧਾ ਕੀਤਾ ਜੇ ਮੈਂ ਆਪਾਂ ਪੰਡ ਭਾਰੀ ਹੋਵੇ ਥੋੜਾ ਗਰਦਨ ਨੂੰ ਸਿੱਧਾ ਕਰਦੇ ਆ ਤੇ ਫਿਰ ਬੁੱਲਾ ਨੂੰ ਸਕੋੜ ਕੇ ਜੇ ਹਲਕਾ ਜਿਹਾ ਹਾਸਾ ਲਿਆ ਕੇ ਫਿਰ ਹਰੀ ਨੂੰ ਪੁੱਛਿਆ ਨਾ ਬੋਲਿਆ ਨਾ ਤੇ ਤਾਰ ਉਹਦੇ ਇੰਨਾ ਕਹਿਣ ਦੀ ਢੇਰ ਸੀ ਤੇ ਫਿਰ ਹਰੀ ਨੇ ਆਖਿਆ ਖੂ ਤੇ ਆ ਜੀ ਫਿਰ ਤੇ ਨਾਲ ਹਰੀ ਨੇ ਅੱਖ ਦਾ ਇੱਕ ਪਰਵਟਾ ਵੀ ਤਾਹਨ ਚੁੱਕਿਆ ਤੇ ਮਿੰਨਾ ਜਿਹਾ ਹੱਸਿਆ ਹਰੀ ਨੂੰ ਹਰੀ ਦੇ ਹਰੀ ਨੂੰ ਲੱਗਿਆ ਕਿ ਉਹਦੇ ਸੋਨੇ ਦਾ ਦੰਦ ਦਾ ਸੱਪ ਦੀ ਅੱਖ ਵਾਂਗ ਲਿਸ਼ਕ ਗਿਆ ਆਥਣੇ ਕੱਲ ਨੂੰ ਹਰੀ ਨੂੰ ਇਹ ਜਵਾਬ ਦੇ ਕੇ ਤਾਰੋ ਅਚੇਤ ਮਨ ਦੇ ਵਿੱਚ ਡਰ ਅਤੇ ਗੁੱਸੇ ਦੇ ਨਾਲ ਉਲਝੀ ਹੋਈ ਆਪਣੇ ਕਣਕ ਵਰਨੇ ਚਿਹਰੇ ਤੇ ਤਣਾਅ ਲਿਆਉਂਦੀ ਹੋਈ ਉਸ ਨੂੰ ਮਿਲਣ ਦਾ ਵਾਅਦਾ ਕਰ ਗਈ ਕੱਲ ਆਥਣ ਨੂੰ ਹਰੀ ਨੂੰ ਤਾਰੋ ਦੇ ਇਸ ਬਦਲੇ ਰੋਂ ਦੀ ਬਿਲਕੁਲ ਆਸ ਨਹੀਂ ਸੀ ਉਸ ਨੂੰ ਲੱਗਦਾ ਨਹੀਂ ਸੀ ਕਿ ਤਾਰੋ ਇੰਨੀ ਜਲਦੀ ਸਰੰਡਰ ਕਰ ਜਾਏਗੀ ਹਰੀ ਖੁਸ਼ੀ ਨਾਲ ਖਿਲ ਰੀਆਂ ਉਸ ਦੀਆਂ ਬਾਤਾਂ ਤੇ ਡੁੱਬਦੇ ਸੂਰਜ ਦੀ ਲਾਲੀ ਉਸ ਤੇ ਚਿਹਰੇ ਤੇ ਪਸਰੀ ਤੇ ਹਰੀ ਫਿਰ ਨਿਓ ਲਹਿੰਦੇ ਵੱਲੋਂ ਤੁਰ ਗਿਆ ਤੇ ਗੁੱਸੇ ਦੇ ਵਿੱਚ ਰਿੱਜਦੀ ਹੋਈ ਤਾਰੋ ਛਟੀਆਂ ਦੀ ਭਰੀ ਚੁੱਕੀ ਜਾਂਦੀ ਇੱਕ ਵਾਰੀ ਫੇਰ ਪਛਾਹ ਮੁੜ ਕੇ ਹਰੀ ਨੂੰ ਵੇਖਣ ਲੱਗੀ ਤੇ ਡੁੱਬਦੇ ਜਾਂਦੇ ਸੂਰਜ ਸਾਹਮਣੇ ਉਸ ਨੂੰ ਉਹ ਪਰਛਾਵੇਂ ਵਾਂਗ ਦੱਸਿਆ ਤੇ ਆਖਰ ਜਕਾਂ ਤਕਾਂ ਦੇ ਵਿੱਚ ਮਨਸੂਬੇ ਬਣਾਉਂਦੀ ਹੋਈ ਸੋਚਦੀ ਹੋਈ ਤਾਰੋ ਘਰੇ ਆ ਗਈ ਕਣਕ ਦੀ ਵਾਢੀ ਜੋਰਾਂ ਤੇ ਸੀ ਸਮਾਂ ਬੜਾ ਚੰਗਾ ਲੱਗਿਆ ਸੀ ਕਣਕਾਂ ਇਸ ਸਮੇਂ ਇੱਕੋ ਹੀ ਵਾਰ ਆ ਗਈਆਂ ਦਿਹਾੜੀਏ ਲੱਬਿਆਂ ਵੀ ਨਹੀਂ ਸੀ ਮਿਲਦੇ ਕੰਮ ਦੀ ਬੜੀ ਤਾੜ ਸੀ ਜੱਟਾਂ ਦੀ ਈਨ ਮੰਨਣ ਨਾਲੋਂ ਬਹੁਤੇ ਤਾਂ ਇਹਨਾਂ ਦਿਨਾਂ ਦੇ ਵਿੱਚ ਸ਼ਹਿਰ ਦਿਹਾੜੀ ਤੇ ਚਲੇ ਜਾਂਦੇ ਤੇ ਹਰੀ ਦੀ ਕਣਕ ਵੱਢਣ ਖਣੋਂ ਖਰਾਬ ਹੋਣ ਦਾ ਡਰ ਸੀ ਜਿੰਨੇ ਵੀ ਵੱਢ ਘੱਟ ਕਰਕੇ ਉਸਨੇ ਬੜੇ ਦਿਹਾੜੀਏ ਲਾਏ ਹੋਏ ਸਨ ਤਾਂ ਜੋ ਕਣਕ ਨੂੰ ਸਾਂਭ ਲਵੇ ਕੋਕੋ ਪਿਛਲੇ ਦਿਨੀ ਸ਼ੜਾ ਕਾ ਵੀ ਵਰ ਗਿਆ ਸੀ ਤੇ ਇਉਂ ਹੀ ਉਸਨੇ ਤਾਰੋ ਤੋਂ ਬਾਅਦ ਬੰਤੇ ਨੂੰ ਵੀ 20ਵੇਂ ਥੱਬੇ ਤੇ ਮਨਾ ਲਿਆ ਉਹ ਵੰਡ ਹੁੰਦੀ ਹੈ ਨਾ ਕਿ 19ਵੇਂ ਥੱਬੇ ਕਿਸਾਨ ਦੇ ਤੇ 20ਵਾਂ ਥੱਬਾ ਕਾਮੇ ਦਾ ਬੰਤਾ ਜਿਵੇਂ ਜਿਵੇਂ ਕਣਕ ਵੱਢਦਾ ਤਾਂ ਤਾਰੋ ਉਸ ਨਾਲ ਥੱਬੇ ਲਵਾਉਂਦੀ ਤੇ ਸ਼ਾਮ ਨੂੰ ਆਪਣੇ ਹਿੱਸੇ ਆਉਂਦੀ ਕਣਕ ਦੇ ਲਾਣ ਦੀ ਭਰੀ ਚੁੱਕ ਲਿਆਉਂਦੀ ਤੇ ਥੱਕਿਆ ਟੁੱਟਿਆ ਬੰਤਾ ਦਾਤੀ ਤੇ ਪਰਨਾ ਚੁੱਕੀ ਉਹਦੇ ਮੂਰੇ ਮੂਰੇ ਘਰ ਆ ਜਾਂਦਾ ਤਾਰੋ ਦੀ ਸਹੇਲੀ ਸੀ ਵਿਹੜੇਉਂ ਹੀ ਇੰਦੋ ਉਹ ਸਾਰਾ ਦਿਨ ਖੇਤਾਂ 'ਚ ਸਿਲਾ ਚੁਗਦੀ ਸਿਲੇਉਂਦੇ ਜਾਣੀ ਸਿੱਟੇ ਕਣਕ ਦੇ ਬੱਲੀਆਂ ਤੇ ਘਰੇ ਮੁੜਦਿਆਂ ਤਾਰੋ ਦੀ ਸਹੇਲੀ ਇੰਦੋ ਦੇ ਸਿਰ ਤੇ ਤਾਰੋ ਨਾਲੋਂ ਵੀ ਵੱਡਾ ਕਣਕ ਦੇ ਲਾਣ ਦਾ ਭਾਰ ਹੁੰਦਾ ਤਾਰੋ ਤਿੰਨ ਦਿਨ ਤਾਂ ਇਹ ਵੇਂਦੀ ਰਹੀ ਤਾੜਦੀ ਰਹੀ ਕਿ ਮੈਂ ਸਾਰਾ ਦਿਨ ਜ਼ੋਰ ਲਾ ਕੇ ਕਣਕ ਵੱਢਦੀ ਆਂ ਤੇ ਮੇਰੇ ਕੋਲ 20ਵੇਂ ਹਿੱਸੇ ਦਾ ਇੰਨਾ ਲਾਣ ਜਾਂ ਇੰਨੀ ਭਰੀ ਇਕੱਠੀ ਨਹੀਂ ਹੁੰਦੀ ਜਿੰਨੀ ਹਿੰਦੂ ਖੇਤਾਂ ਚੋਂ ਬੱਲੀਆਂ ਚੁਣ ਕੇ ਇਕੱਠੀ ਕਰ ਲੈਂਦੀ ਐ। ਤਾਰੋ ਤਿੰਨ ਦਿਨ ਇਹ ਸਭ ਤਮਾਸ਼ਾ ਵੇਖਦੀ ਰਹੀ ਤੇ ਤਾੜਦੀ ਰਹੀ। ਤੇ ਹਰੀ ਜਿਹੜਾ ਖੇਤਾਂ ਦਾ ਮਾਲਕ ਸੀ ਉਹ ਹਿੰਦੂ ਦੇ ਨੇੜੇ ਢੇੜੇ ਮੇਲਦਾ ਰਹਿੰਦਾ ਤੇ ਕਈ ਵਾਰ ਉਹ ਹਿੰਦੂ ਨੂੰ ਛੇੜ ਵੀ ਜਾਂਦਾ ਤੇ ਉਹ ਹੱਸ ਦਿੰਦੀ ਤੇ ਖੜੀ ਕਣਕ ਦੇ ਸਿੱਟੇ ਵੀ ਮਰੁੰਡ ਲੈਂਦੀ। ਇੱਕ ਦੁਪਹਿਰੇ ਜਦੋਂ ਸਾਰੇ ਦਿਹਾੜੀਏ ਰੋਟੀ ਖਾ ਰਹੇ ਸਨ ਤਾਂ ਤਾਰੋ ਨੂੰ ਇੰਦੋ ਕਿਤੋਂ ਨਾ ਦੇ ਸੀ ਤਾਰੋ ਆਪਣੇ ਬਾਪੂ ਕੋਲ ਬੈਠੀ ਨੇ ਉਚਾਵੇਂ ਬੰਤਾ ਤਾਰੋ ਦਾ ਪਿਓ ਸੀਗਾ ਤੇ ਇਹ ਤਾਰੋ ਬੰਤੇ ਦੀ ਧੀ ਸੀ ਉਸ ਦਿਹਾੜੀ ਦੇ ਘਰ ਕੰਮੇ ਦੀ ਤੇ ਤਾਰੋ ਆਪਣੇ ਬਾਪੂ ਕੋਲ ਬੈਠੀ ਉਹ ਚਾਮੀ ਜਿਹੀ ਨਗਾਹ ਨਾਲ ਉਸਨੇ ਹਰੀਵਲ ਵੀ ਨਜ਼ਰ ਮਾਰੀ ਕਿ ਇੰਦੋ ਤੇ ਦਿਸਦੀ ਨਹੀਂ ਹਰੀ ਕਿੱਥੇ ਆ ਪਰ ਉਸ ਨੂੰ ਨਾ ਹਰੀ ਕਿਤੇ ਦੱਸਿਆ ਤੇ ਨਾ ਇੰਦੋ ਦਿਸੀ ਸੋ ਉਸ ਨੂੰ ਅਚਬੀ ਜੀ ਲੱਗੀ ਉਹ ਵਿਚ ਐਨੀ ਦੇ ਨਾਲ ਇਹਨਾਂ ਦੋਹਾਂ ਬਾਰੇ ਜਾਣਨ ਦੇ ਲਈ ਉੱਠੀ ਤੇ ਜਦੋਂ ਤਾਰੋ ਗਾਂਵ ਵਧੀ ਤਾਂ ਉਸਨੇ ਖੂਦ ਲਾਗੇ ਪਾਈ ਇੱਕ ਝੁੱਗੀ ਕੋਲ ਬੇਧਿਆਨੀ ਖੜੀ ਇੰਦੋ ਉਸ ਨੂੰ ਦਿਸੀ ਤੇ ਜਿਵੇਂ ਤਾਰੋ ਨੇ ਜਿਵੇਂ ਧਰਤੀ ਨੇ ਤਾਰੋ ਦੇ ਪੈਰ ਜਕੜ ਲਏ ਹੋਣ ਜੇ ਫੇਰੇ ਖਣੀਆਂ ਕਣਕਾਂ ਨੂੰ ਕਿਸੇ ਨੇ ਅੱਗ ਲਾ ਦਿੱਤੀ ਹੋਵੇ ਤੇ ਤਾਰੂ ਨੂੰ ਇੰਜ ਜਾਪਿਆ ਜਿਵੇਂ ਉਹ ਸਾਰੀ ਦੀ ਸਾਰੀ ਮੱਚ ਗਈ ਹੋਵੇ ਇੰਦ ਝੁੱਗੀਆਂ ਬਾਹਰ ਆ ਰਹੀ ਸੀ ਤੇ ਹਰੀ ਪਰਲੇ ਪਾਸੇ ਦੀ ਲੰਘ ਕੇ ਝੁੱਗੀ ਚੁੱਕੀ ਵੱਲੋਂ ਤੁਰ ਗਿਆ ਤਰਕਾਲਾਂ ਵੇਲੇ ਇੰਦੋ ਦੇ ਸਿਰ ਤੇ ਤਾਰੋ ਨਾਲੋਂ ਵੀ ਡੁੱਢੀ ਕਣਕ ਦੀ ਭਰੀ ਚੱਕੀ ਹੋਈ ਸੀ ਦੁਪਹਿਰ ਵਾਲੀ ਗੱਲ ਚਿਤ ਵਿਧਿਆ ਤਾਰੋ ਨੂੰ ਕਚਿਆਣ ਜਹੀ ਆਈ ਇੰਦੋ ਨੂੰ ਵੇਖਦਿਆਂ ਇੰਦੋ ਦੀ ਭਰੀ ਦੇ ਵਿੱਚੋਂ ਕਣਕ ਦੇ ਸਿੱਟੇ ਢੂਏ ਬਾਣ ਬਣ ਕੇ ਇਹਨਾਂ ਨੂੰ ਤਾਰੂ ਨੂੰ ਡੱਸ ਰਹੇ ਸਨ ਤੇ ਉਹ ਆਪਣੇ ਬਾਪੂ ਬੰਤੇ ਦੇ ਨਾਲ ਕਾਲੀ ਕਾਲੀ ਘਰ ਨੂੰ ਆ ਗਈ ਬੰਤੇ ਤੋਂ ਪਿੱਛੋਂ ਆਪਣੇ ਬਾਪੂ ਤੋਂ ਪਿੱਛੋਂ ਦੂਸਰੇ ਦਿਨ ਤਾਰੂ ਦਾ ਬਾਪੂ ਬੰਤਾ ਕੁਝ ਢਿੱਲਾ ਗਿਆ ਸੀ ਮਨ ਮਾਰ ਕੇ ਉਸ ਤੋਂ ਠੀਕ ਤਰ੍ਹਾਂ ਵਰਡੀ ਨਾ ਹੋਈ ਬਜ਼ੁਰਗ ਸੀ ਅੱਜ ਜਦੋਂ ਤਾਰੂ ਆਪਣੇ ਹਿੱਸੇ ਆਉਂਦੇ ਥੱਬੇ ਇਕੱਠੇ ਕਰਨ ਲੱਗੀ ਤੇ ਲਾਗੇ ਚਾਗੇ ਫਿਰਦਾ ਹਰੀ ਆਣ ਕੇ ਬੋਲਿਆ ਬਾਪੂ ਬਿਮਾਰ ਦਾ ਝੋਰਾ ਨਾ ਕਰੀ ਜਿੰਨੇ ਮਰਜੀ ਦਾਣੇ ਲੈ ਜਾ ਜਿੰਨੇ ਚੱਕਣਿਆਂ ਚੁੱਕ ਲੈ ਤੇ ਉਸਨੇ ਤਾਰੋ ਦੀ ਬਾਹ ਫੜਨ ਦੇ ਲਈ ਹੱਥ ਅੱਗੇ ਵਧਾਇਆ ਤਾਰੋ ਗੁੱਸੇ ਨਾਲ ਦਾਤੀ ਲੋਰ ਦੀ ਬੋਲੀ ਇਹ ਹਿੰਦੋ ਦੀ ਬਾਹ ਨਹੀਂ ਤੇਰੇ ਥੱਬਿਆਂ ਨੂੰ ਕੀ ਅਸੀਂ ਅੱਗ ਲਾਉਣੀ ਹੈ ਤੇ ਤਾਰੋ ਕੁਚਲੇ ਹੋਏ ਸੱਪ ਵਾਂਗ ਵਿਸ ਖੋਲ ਰਹੀ ਸੀ ਤੇ ਬੰਤੇ ਨੇ ਇਹ ਸਾਰਾ ਕੁਝ ਸੁਣ ਲਿਆ ਸੀ ਜੋ ਹਰੀ ਉਸ ਦੀ ਧੀ ਨੂੰ ਕਹਿ ਰਿਹਾ ਸੀ ਤੇ ਬੰਤਾ ਨੇੜੇ ਆ ਕੇ ਬੋਲਿਆ ਆਪਣੇ ਬੇਟੇ ਨੂੰ ਤਾਰੋ ਤੂੰ ਜਾ ਘਰ ਮੈਂ ਆਪੇ ਚੁੱਕ ਲਿਆ ਹਾਂ ਪਰ ਤਾਰੋ ਖੜੀ ਰਹੀ ਤੇ ਭਰੇ ਹੋਏ ਮਨ ਤੇ ਗੁੱਸੇ ਨਾਲ ਬੰਤਾ ਬੋਲਿਆ ਹਰੀ ਸਿਆ ਜੇ ਆ ਕੁਸ਼ੀ ਕਰਨਾ ਹੁੰਦਾ ਮੈਂ ਬੁੱਢਾ ਖੇਤਾਂ ਚ ਕਾ ਨੂੰ ਹੱਡ ਰੋਲਦਾ ਬੰਤੇ ਨੇ ਹੱਥ ਵਿੱਚ ਫੜੀ ਦਾਤੀ ਕੁਝ ਇਸ ਤਰ੍ਹਾਂ ਹਲਾਈ ਹਰੀ ਨੂੰ ਲੱਗਿਆ ਜਿਵੇਂ ਬੰਤੇ ਨੇ ਦਾਤੀ ਉਸਦੇ ਢਿੱਡ ਵਿੱਚ ਮਾਰ ਦਿੱਤੀ ਹੋਵੇ ਤੇ ਫੇਰ ਵੀ ਬੰਤੇ ਹਰੀ ਦਾ ਅਚੇਤ ਵੈਲੀ ਮਨ ਸੋਚ ਗਿਆ ਕਿ ਕਿਸੇ ਦਿਹਾੜੀ ਤੇ ਕੰਮੇ ਦੀ ਉਗਰੀ ਹੋਈ ਦਾਤੀ ਢਿੱਡ ਵਿੱਚ ਖੂਬ ਜੰਨਾ ਜਾਣਾ ਹੀ ਅਸਰ ਕਰ ਦਿੰਦੀ ਹੈ ਜਦੋਂ ਕੋਈ ਕੰਮਾਂ ਦਾਤੀ ਉਗਰ ਲਵੇ ਤੇ ਹਰੀ ਬੋਲਿਆ ਮੈਂ ਤਾਂ ਬੰਤੇ ਆ ਕੁਝ ਉਹੀ ਕਹਤਾ ਤੂੰ ਬਸ ਐਵੇਂ ਪੁੱਠੀਆਂ ਸੋਚ ਜਾਣਾ ਹਰੀ ਨੇ ਗੱਲ ਦਾ ਰੁਖ ਮੋੜਨ ਦੇ ਲਹਿਜੇ ਨਾਲ ਬੰਤੇ ਨੂੰ ਠੰਡਾ ਕਰਨ ਦੇ ਲਈ ਆਖਿਆ ਤਾਰੋ ਨੇ ਉਹ ਆਪਣੇ ਹਿੱਸੇ ਦੀ ਭਰੀ ਚੁੱਕ ਲਈ ਬੰਤੇ ਨੇ ਪਰ ਹਰੀ ਨੂੰ ਰੋਕ ਲਿਆ ਬੰਤੇ ਨੂੰ ਹਰੀ ਨੇ ਰੋਕ ਲਿਆ ਤਾਰੋ ਦੇ ਪਿਓ ਨੂੰ ਬੰਤਾ ਅਜੇ ਵੀ ਗੁੱਸੇ ਦੇ ਵਿੱਚ ਰੋਂ ਦੇ ਵਿੱਚ ਸੀ ਹੁੰਦਾ ਹੀ ਹੈ ਜਦੋਂ ਕਿਸੇ ਦੀ ਧੀ ਨੂੰ ਭੈਣ ਨੂੰ ਤੁਸੀਂ ਇਸ ਤਰ੍ਹਾਂ ਕਰਦੇ ਹੋ ਉਹ ਭਾਵੇਂ ਗਰੀਬ ਕਿਉਂ ਨਾ ਹੋਵੇ ਜਜ਼ਬਾਤ ਤਾਂ ਉਸ ਤੇ ਵੀ ਹੁੰਦੇ ਆ ਅਣਖ ਵਾਲੇ ਬਹੁਤ ਗਰੀਬ ਹੁੰਦੇ ਨੇ ਉਸ ਗਰੀਬ ਪਰਿਵਾਰ ਦੀ ਇਹ ਕਹਾਣੀ ਹੈ ਬੜੀ ਕਮਾਲ ਦੀ ਕਹਾਣੀ ਹੈ ਕੋਈ ਕੰਮ ਹੈ ਸਰਦਾਰਾ ਤੇਰਾ ਇਹ ਹਰ ਬੰਤਾ ਅਜੇ ਵੀ ਗੁੱਸੇ ਵਿੱਚ ਸੀ ਮੇਰਾ ਜਿੱਤ ਠੀਕ ਨਹੀਂ ਬੰਤੇ ਨੇ ਉਸ ਤੋਂ ਖੜਾ ਛੁਲਾਉਣ ਲਈ ਆਖਿਆ ਕਿਉਂਕਿ ਉਸ ਨੂੰ ਲੱਗਿਆ ਸੀ ਕਿ ਸ਼ਾਇਦ ਹਰੀ ਨੇ ਉਸ ਨੂੰ ਕਿਸੇ ਕੰਮ ਲਈ ਰੋਕਿਆ ਕੋਈ ਕੰਮ ਕਰਾਉਣਾ ਸਰਦਾਰਾ ਕਿਉਂਕਿ ਉਹ ਹਰੀ ਤੇ ਹਮਲਾ ਵੀ ਨਹੀਂ ਸੀ ਕਰ ਸਕਦਾ ਤੇ ਬੇਵਸ ਵੀ ਸੀ ਜੋ ਉਸ ਨੇ ਉਸ ਸਥਿਤੀ ਇਨਵੇ ਬੋਲੀ ਮਾਰੀ ਸੀ ਹਰੀ ਬੋਲਿਆ ਬੰਤਿਆ ਤੂੰ ਤਾਂ ਐਵੇਂ ਚਿੱਤ ਭੈੜਾ ਕਰ ਲੈਣਾ ਜਬ ਬੋਤਲ ਲੈ ਆਜੇ ਹਰੀ ਨੇ ਚਾਦਰੇ ਦੇ ਡੱਬ ਦੇ ਵਿੱਚੋਂ ਦਸਾਂ ਦਾ ਨੋਟ ਕੱਢ ਕੇ ਉਸ ਕਾਮੇ ਬੰਤੇ ਨੂੰ ਫੜਾ ਦਿੱਤਾ ਤਾਰੋ ਦੇ ਪਿਓ ਨੂੰ ਤੇ ਆਪ ਜਾ ਕੇ ਖੁਦ ਹੀ ਗਾਦੀ ਤੇ ਬੈਠ ਗਿਆ ਬੰਤਾ ਤੇ ਤਾਰੋ ਦੇ ਬੋਲ ਅਜੇ ਵੀ ਹਰੀ ਦੇ ird gird ਘੁੰਮ ਰਹੇ ਸਨ ਕਿਉਂਕਿ ਅੰਦਰੋਂ ਅੰਦਰ ਹੀ ਉਸ ਨੂੰ ਲੱਗਦਾ ਸੀ ਕਿ ਜਿਸ ਤਰ੍ਹਾਂ ਮੈਂ ਤਾਰੋ ਨੂੰ ਆਖਿਆ ਤੇ ਬੰਤੇ ਨੇ ਉਜ਼ਰ ਕੀਤਾ ਗੱਲ ਠੰਡੀ ਪੈਣ ਵਾਲੀ ਨਹੀਂ ਕੋਈ ਅੱਧੇ ਇੱਕ ਘੰਟੇ ਮਗਰੋਂ ਬੰਤਾ ਬੋਤਲ ਲੈ ਕੇ ਆ ਗਿਆ ਉਸਨੇ ਨੇਫੇ ਦੇ ਚੜੰਗੀ ਹੋਈ ਘਰ ਦੀ ਕੱਢੀ ਦੀ ਬੋਤਲ ਹਰੀ ਨੂੰ ਫੜਾ ਦਿੱਤੀ ਤੇ ਪਛਾਹ ਮੋੜਨ ਦੇ ਲਈ ਵਾਪਸ ਆਣ ਲੱਗਾ ਤਾਂ ਹਰੀ ਨੇ ਮੱਲੂ ਮੱਲੀ ਬੰਤੇ ਨੂੰ ਰੋਕ ਲਿਆ ਬੰਤੇ ਆ ਬਹਿ ਜਾ ਹਾੜਾ ਲਾ ਕੇ ਜਾਇਂ ਤੇ ਬੰਤੇ ਨੇ ਬੇਵਸੀ ਜੀ ਦਿਖਾਈ ਤੇ ਆਖਿਆ ਸਰਦਾਰਾ ਕੰਮ ਐ ਕਰੇ ਹਰੀ ਬੋਲਿਆ ਓਏ ਆ ਜਾ ਐਵੇਂ ਨਹੀਂ ਮਾਰੀ ਮਰੀ ਜਾਈਦਾ ਹਰੀ ਨੇ ਜਬਰੀ ਬੰਤੇ ਨੂੰ ਬਾਹਤੋਂ ਫੜ ਲਿਆ ਤੇ ਹਰੀ ਤੇ ਬੰਤਾ ਦੋਵੇਂ दारू ਪੀਂਦੇ ਰਹੇ ਪੀਤੇ ਦੇ ਪੀਤੀ ਦੇ ਰੌਂ ਦੇ ਵਿੱਚ ਬੰਤੇ ਨੇ ਉਸ ਨੂੰ ਤਾਰੋ ਦੀ ਦੱਸੀ ਹੋਈ ਇੰਦੋ ਵਾਲੀ ਗੱਲ ਚ ਤਾਰੀ ਤੇ ਫਿਰ ਨਸ਼ੇ ਦੀ ਲੋਰ ਦੇ ਵਿੱਚ ਬੀਤੀਆਂ ਤੇ ਹੋਇਆ ਤੇ ਝੋਰਾ ਕਰਨ ਲੱਗ ਪਿਆ ਦੋਵੇਂ ਪੀਂਦੇ ਰਹੇ ਪੀਤੀ ਦੇ ਰੌਂ ਦੇ ਵਿੱਚ ਬੰਤੇ ਨੇ ਉਸ ਨੂੰ ਤਾਰੋ ਦੀ ਦੱਸੀ ਹੋਈ ਇੰਦੋ ਵਾਲੀ ਗੱਲ ਚ ਤਾਰੀ ਤੇ ਫਿਰ ਨਸ਼ੇ ਦੀ ਲੋਰ ਦੇ ਵਿੱਚ ਹੋਈਆਂ ਬੀਤੀਆਂ ਤੇ ਝੋਰਾ ਕਰਨ ਲੱਗ ਪਿਆ ਜਾਨੀ ਬੰਤੇ ਨੇ ਫਿਰ ਦੱਸ ਦਿੱਤਾ ਕਿ ਮੇਰੀ ਤੀ ਤਾਰੋ ਨੇ ਦੇਰੀ ਤੇ ਇਹਨਾਂ ਨਾਲ ਜੋ ਤੁਸ਼ ਕਰ ਰਹੇ ਆ ਉਹ ਠੀਕ ਨਹੀਂ ਕਰ ਰਹੇ ਆ ਬੀਤੇ ਚ ਜਿਹੜਾ ਕੁਝ ਹੋਇਆ ਉਹ ਸਾਰੇ ਗੱਲਾਂ ਬਾਤਾਂ ਜਿਹੜੀ ਬੰਤਾ ਦੱਸਦਾ ਰਿਹਾ ਕਿ ਹਰੀਸਿਆਂ ਤੁਸੀਂ ਲੋਕ ਤਾਂ ਸਾਡੇ ਰਾਖੇ ਹੋ ਅਸੀਂ ਤੁਹਾਡੇ ਲਈ ਸਦੀਆਂ ਤੋਂ ਮਿਹਨਤਾਂ ਕਰਦੇ ਆ ਜੇ ਤੁਸੀਂ ਹੀ ਸਾਡੀਆਂ ਇੱਜ਼ਤਾਂ ਤੇ ਇਦਾਂ ਹੱਥ ਪਾਉਣ ਲੱਗੇ ਤੇ ਕਿਸੇ ਕੁੜੀ ਚੀੜੀ ਨੇ ਖੇਤਾਂ 'ਚ ਤੁਹਾਡੇ ਕੰਮ ਕਰਨੀ ਆਉਣਾ ਤੇ ਬੰਤਾ ਇਹ ਗੱਲ ਕਹਿੰਦੇ ਆ ਚੁੱਪ ਕਰ ਗਿਆ ਤੇ ਕੋਲੀ ਦੇ ਵਿੱਚ ਪਾਈ ਸ਼ਰਾਬ ਨੂੰ ਇੱਕੋ ਸਾਹੇ ਪੀ ਗਿਆ ਇਸ ਕੰਮ ਵਿੱਚ ਬੰਤੇ ਦੀਆਂ ਗੱਲਾਂ ਸੁਣ ਕੇ ਹਰੀ ਨੂੰ ਐਉਂ ਲੱਗਿਆ ਜਿਵੇਂ ਕਿਸੇ ਨੇ ਉਸ ਨੂੰ ਖੂਚ ਧੱਕਾ ਦੇ ਦਿੱਤਾ ਹੋਵੇ ਕੱਲ ਉਹ ਨੂੰ ਬੰਤਾ ਇੰਦੋ ਦੀ ਗੱਲ ਲੈ ਕੇ ਉਸ ਨੂੰ ਪਿੰਡ 'ਚ ਵੀ ਜਲੀਲ ਕਰ ਸਕਦਾ ਹੋਰ ਲੋਕਾਂ ਨੂੰ ਵੀ ਦੱਸ ਸਕਦਾ ਕਿ ਇੰਦੋ ਦੇ ਉਸ ਨਾਲ ਕੀ ਸਬੰਧ ਨੇ ਉਸ ਨੂੰ ਬਦਨਾਮ ਕਰ ਸਕਦਾ ਸੋ ਇਸ ਕਰਕੇ ਹਰੀ ਨੇ ਇੱਕ ਸਾਜ਼ਿਸ਼ ਤੇ ਤਹਿਤ ਬਚੀ ਹੋਈ ਸ਼ਰਾਬ ਹਰੀ ਨੇ ਧੱਕੇ ਨਾਲ ਬੰਤੇ ਨੂੰ ਪਿਆ ਦਿੱਤੀ ਤੇ ਬੰਤਾ ਸਾਰੀ ਰਾਤ ਘਰ ਨਾ ਗਿਆ ਤੇ ਦਿਨ ਚੜ੍ਹਦੇ ਨੂੰ ਪਿੰਡ ਦੇ ਲੋਕਾਂ ਨੇ ਬੰਤੇ ਦੀ লাশ ਖੂਦ ਹੀ ਮੌਣ ਤੇ ਵੇਖੀ ਉਹ ਖੂਦ ਹੀ ਮੌਣ ਤੇ ਮਰਿਆ ਪਿਆ ਸੀ 2 ਸਾਲ ਇਵੇਂ ਹਿੰਦੂ ਦੇ ਇੰਦੋ ਦੇ 2 ਸਾਲ ਪਹਿਲਾਂ ਇਵੇਂ ਹੀ ਹਿੰਦੂ ਦੇ ਬਾਪੂ ਦੀ লাশ ਵੀ ਖੂ ਤੇ ਮੌ ਖੂਦ ਹੀ ਮੌਣ ਤੇ ਪਈ ਸੀ ਯਾਨੀ ਪਹਿਲਾਂ ਉਹ ਇੰਦੋ ਜਿਹੜੀ ਉਸ ਝੁੱਗੀ ਦੇ ਵਿੱਚ ਉਸ ਨੂੰ ਮਿਲੀ ਸੀ ਕੋਸਤਾ ਪਿਓ ਵੀ ਇਦਾਂ ਹੀ ਮਾਰਿਆ ਗਿਆ ਸੀ ਖੂਦ ਹੀ ਮੌਂਡ ਤੇ ਤੇ ਹੁਣ ਤਾਰੋ ਦਾ ਪਿਓ ਵੀ ਉਸੇ ਖੂਦ ਹੀ ਮੌਂਡ ਤੇ ਮਾਰਿਆ ਗਿਆ ਤੇ ਪਿੰਡ ਵਾਲਿਆਂ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਖੂਹ ਤੇ ਕੋਈ ਪ੍ਰੇਤ ਆਤਮਾ ਰਹਿੰਦੀ ਹੈ ਜੋ ਇਸ ਤਰ੍ਹਾਂ ਲੋਕਾਂ ਨੂੰ ਮਾਰਦੀ ਹੈ ਇਸ ਤਰ੍ਹਾਂ ਲੋਕਾਂ ਨੂੰ ਖੂਹ ਤੇ ਮਾਰ ਦਿੰਦੀ ਹੈ ਰਾਤ ਨੂੰ ਛਿੱਟੇ ਦਿਨ ਵਿੱਚ ਖੂਹ ਤੇ ਭਾਵੇਂ ਸਾਰੇ ਲੋਕ ਆਉਂਦੇ ਨੇ ਪਰ ਰਾਤ ਨੂੰ ਹਨੇਰੇ ਦੇ ਵਿੱਚ ਇਸ ਖੂਹ ਵੱਲ ਕੋਈ ਨਹੀਂ ਜਾਂਦਾ ਕਿਉਂਕਿ ਉੱਪਰੋਂ ਥੜੀ ਇਹ ਨਾ ਹੋਏ ਕਤਲਾਂ ਤੋਂ ਬਾਅਦ ਲੋਕ ਸੋਚਦੇ ਨੇ ਕਿ ਖੂਦੇ ਕੋਈ ਪ੍ਰੇਤ ਰਹਿੰਦਾ ਹੈ ਜਿਹੜਾ ਲੋਕਾਂ ਨੂੰ ਮਾਰ ਦਿੰਦਾ ਹੈ ਆਪਣੇ ਇੱਕੋ ਹੀ ਆਸਰੇ ਬੰਤੇ ਦੀ ਅਣਾਈ ਮੌਤ ਤੇ ਉਸ ਦੀ ਤਾਰੋ ਦਾ ਮਨ ਖਖੜੀ ਵਾਂਗ ਪਾਟ ਗਿਆ ਤਾਰੋ ਆਪਣੇ ਪਿਓ ਬੰਤੇ ਨੂੰ ਯਾਦ ਕਰਕੇ ਤਾਂ ਹਾਂ ਮਾਰ ਮਾਰ ਕੇ ਰੋਈ ਸਾਰਾ ਬੇੜਾ ਬੰਤੇ ਦੀ ਮੌਤ ਤੇ ਅਫਸੋਸ ਕਰਦਾ ਰਿਹਾ ਪਰ ਫਿਰ ਸਬਰ ਕਰਕੇ ਸਾਰੇ ਚੁੱਪ ਹੋ ਕੇ ਬਹਿ ਗਏ ਅੰਦਰੋਂ ਅੰਦਰ ਹੀ ਕਿਸੇ ਨੂੰ ਸੱਚ ਦਾ ਪਤਾ ਸੀ ਉਹ ਵੀ ਸੱਚ ਜ਼ੁਬਾਨ ਤੇ ਨਹੀਂ ਸੀ ਲਿਆ ਰਿਆ ਪਰ ਤਾਰੋ ਨੇ ਇਸ ਪ੍ਰੇਤ ਆਤਮਾ ਨੂੰ ਇੱਕ ਦਿਨ ਮਿਲ ਲੈਣ ਦਾ ਹੱਠ ਨਾ ਛੱਡਿਆ ਉਸ ਨੂੰ ਪਤਾ ਸੀ ਕਿ ਇੱਥੇ ਪ੍ਰੇਤ ਕੋਈ ਹੋਰ ਹੈ ਇਹ ਸੋਚ ਦੀ ਤਾਰੋ ਤੁਰੀ ਆਉਂਦੀ ਆਉਂਦੀ ਨੂੰ ਠੇਡਾ ਵੱਜਿਆ ਤੇ ਡਿਗ ਡਿਗ ਦੀ ਮੱਸਾਂ ਵਚੀ ਉਹ ਘਰ ਦੇ ਕੋਲ ਆ ਗਈ ਸੀ ਛਟੀਆਂ ਦੀ ਭਰੀ ਤਾਰੋ ਨੇ ਇੱਕ ਨੁਕਰੇ ਸੁੱਟ ਦਿੱਤੀ ਤੇ ਫਿਰ ਚੁੱਲ੍ਹੇ ਦੀ ਸਵਾਫ ਰੋਲੀ ਹਾਲੇ ਗੋਹੇ ਦੇ ਅੰਗਿਆਰ ਦੇ ਵਿੱਚ ਕੁਝ ਅੱਗ ਸੀ ਉਸਨੇ ਉਹ ਛਡੀਆਂ ਦੀ ਭਰੀ ਖੋਲ ਕੇ ਇੱਕ ਕਰਚਾ ਚੁੱਲ੍ਹੇ ਦੇ ਵਿੱਚ ਦਾ ਦਿੱਤਾ ਗਿੱਲੀਆਂ ਛਡੀਆਂ ਸਦਕਾ ਉਸ ਦਾ ਅੰਦਰਲੇ ਗੁੱਸੇ ਵਾਂਗ ਸਾਰਾ ਵੇੜਾ ਧੂਏ ਨਾਲ ਭਰ ਗਿਆ ਖਿਜ ਕੇ ਉਹ ਇੱਕ ਢਲਕੀ ਜੀ ਮੰਜੀ ਤੇ ਜਾ ਡੇਗੀ ਤੇ ਕੱਲ ਦੇ ਆਥਣ ਨੂੰ ਸੰਘਣੇ ਕੋੜੇ ਧੂਏ ਦਾ ਕੱਲ ਦੇ ਹੱਥਾਂ ਨੂੰ ਸੰਘਣੇ ਕੋੜੇ ਧੂਏ ਚ ਭਾਲਣ ਲੱਗੀ ਕਿਉਂਕਿ ਉਸਨੇ ਕੱਲ ਆਥਣ ਦਾ ਜਾਨੀ ਆਉਣ ਵਾਲੇ ਕੱਲ ਆਥਣ ਦਾ ਵਾਅਦਾ ਕੀਤਾ ਹੋਇਆ ਸੀ ਉਸ ਹਰੀ ਨੂੰ ਖੂ ਤੇ ਮਿਲਣ ਦਾ ਖੈਰ ਦੂਜਾ ਦਿਨ ਚੜਿਆ ਤਾਰੋ ਉਠੀ ਦੁਪਹਿਰ ਹੋਈ ਧਰ ਦੀ ਸ਼ਾਮ ਤੇ ਮੌਤ ਵਰਗੇ ਪਰਛਾਵੇਂ ਨੇ ਸਾਰੇ ਪਿੰਡ ਨੂੰ ਦਬੋਚ ਲਿਆ ਸਾਰੇ ਪਿੰਡ ਦੇ ਵਿੱਚ ਦੂਸਰੇ ਦਿਨ ਸ਼ਾਮ ਨੂੰ ਚੁੱਪ ਪੈਣ ਲੱਗੀ ਉਧਰੋਂ ਤਾਰੋ ਦਾ ਤੇ ਹਰੀ ਦਾ ਮਿਲਣ ਦਾ ਵਕਤ ਨੇੜੇ ਆ ਰਿਹਾ ਸੀ ਇਸ ਸਾਰੇ ਦਿਨ ਦਾ ਇੱਕ ਇੱਕ ਪਲ ਤਾਰੋ ਨੇ ਇੱਕ ਇੱਕ ਸਾਲ ਵਾਂਗ ਲੰਘਾਇਆ ਸੀ ਗਿੱਲੀਆਂ ਛਟੀਆਂ ਨੇ ਉਸ ਦੇ ਤੁਖ ਦੇ ਚੁੱਲ੍ਹੇ ਨੂੰ ਉਸ ਨੇ ਗਿੱਲੀਆਂ ਛਟੀਆਂ ਉਸ ਨੇ ਤੁਖ ਦੇ ਚੁੱਲ੍ਹੇ ਦੇ ਵਿੱਚ ਹੋਰ ਡਾਹ ਦਿੱਤੀਆਂ ਜੋ ਬੀਤੀ ਰਾਤ ਦੀਆਂ ਤੁਖ ਰਹੀਆਂ ਸਨ ਰਾਤ ਪੈ ਰਹੀ ਸੀ ਆਪਣੇ ਬਾਪੂ ਬੰਤੇ ਦੀ ਛੋਟੀ ਕਿਰਪਾਨ ਤਾਰੋ ਨੇ ਕੁਰਤੀ ਦੇ ਹੇਠਾਂ ਦੀ ਪਾ ਲਈ ਤੇ ਬੂਹਾ ਬੰਦ ਕਰ ਦਿੱਤਾ ਕਿਉਂਕਿ ਉਸ ਤੇ ਘਰ ਵਿੱਚ ਉਸ ਤੇ ਪਿਓ ਤੋਂ ਸੇਵਾ ਕੋਈ ਨਹੀਂ ਸੀ ਜਿਹੜਾ ਬੀਤੇ ਵਰੇ ਉਸ ਖੂਹ ਦੇ ਪ੍ਰੇਤ ਦੀ ਘੇਟ ਚੜ ਗਿਆ ਸੀ ਤੇ ਮਲਕੜੇ ਜਹੇ ਤਾਰੋ ਨੇ ਹਨੇਰੇ ਦੇ ਵਿੱਚ ਫਿਰਨ ਨੂੰ ਲੈਹਦੇ ਵੱਲੋਂ ਖੂਵਲ ਨੂੰ ਤੁਰਨਾ ਸ਼ੁਰੂ ਕਰ ਦਿੱਤਾ ਹਨੇਰ ਵਿੱਚ ਉਸ ਨੂੰ ਮਗਰੇ ਆਉਂਦੇ ਪੈਰਾਂ ਦਾ ਖੜਾਕ ਸੁਣਿਆ ਤਾਰੋ ਤਰਹਿ ਕੇ ਖਲੋਗੀ ਪਿੱਛੇ ਭੌਂ ਕੇ ਉਸ ਨੇ ਗੋਹ ਨਾਲ ਦੇਖਿਆ ਕਿ ਕੋਈ ਨਹੀਂ ਸੀ ਤਾਰੋ ਕੁਝ ਚਿਰ ਉਸ ਸੁੰਨਸਾਨ ਕੂਪ ਹਨੇਰੇ ਵਿੱਚ ਚੁੱਪ ਖੜੀ ਰਹੀ ਦਿਲ ਵਿੱਚ ਹਥੌੜੇ ਵਾਂਗ ਵੱਜਦੀ ਠੱਕ ਠੱਕ ਨੂੰ ਤਾਰੋ ਸੁਣਦੀ ਰਹੀ ਕਾਲੀ ਬੋਲੀ ਰਾਤ ਕੱਲੀ ਤੀਵੀ ਮਾਨੀ ਸਿਰ ਅੰਦਰ ਤੁਖ ਦੀ ਅੱਗ ਫਿਰ ਤਾਰੋ ਖੂਵਲ ਨੂੰ ਤੁਰ ਪਈ ਉਹ ਗਿੱਲੇ ਖਾਲ ਦੇ ਵਿੱਚੋਂ ਲੰਘ ਕੇ ਖੂਬਾਨ ਨੂੰ ਸਿੱਧੀ ਹੋ ਗਈ। ਆਵਾਜ਼ ਆਈ ਕੌਣ ਤਾਰੋ ਐ? ਖੂਦ ਹੀ ਗਾਦੀ ਤੇ ਇੱਕ ਕਾਲਜ ਹੈ ਪਰਸ਼ਾਵੇਂ ਦੀ ਆਵਾਜ਼ ਉੱਭਰੀ। ਉਸਨੇ ਆਪ ਹੀ ਸਵਾਲ ਕਰਕੇ ਆਪ ਹੀ ਪਛਾਣ ਕਰਕੇ ਸਵਾਲ ਵਰਗੇ ਲਹਿਜੇ ਨਾਲ ਇਹ ਗੱਲ ਆਖੀ। ਕੌਣ ਤਾਰੋ? ਤਾਰੋ ਪੱਕਾ ਤਾਰੋ ਪੱਕੇ ਇਰਾਦੇ ਪਰ ਧੜਕਦੇ ਦਿਲ ਨਾਲ ਅਗਾਹ ਵਧੀ। ਅਸ਼ਕੇ ਹਰੀ ਦੇ ਸ਼ਰਾਬੀ ਹੌਸਲੇ ਹਵਾ ਚ ਰਲ ਕੇ ਉੱਡ ਪਏ। ਉਸ ਨੇ ਆਪਣੀ ਮਾਂ ਤਾਰੋ ਵੱਲ ਵਧਾਈ। ਤਾਰੋ ਬੋਲੀ ਅੰਦਰ ਤਾ ਚੱਲ ਭੈੜਿਆ ਏਡੀ ਕੀ ਕਾਲ ਐ। ਤਾਰੋ ਨੂੰ ਸਹਿਮ ਵੀ ਸੀ ਜਿਵੇਂ ਕੋਈ ਹਨੇਰੀ ਦੀ ਅੱਖ ਉਹਨਾਂ ਨੂੰ ਵੇਖਦੀ ਹੋਵੇ। ਝੁੱਗੀ ਦੇ ਅੰਦਰ ਮੰਜੇ ਹੇਠਾਂ ਅਜੇ ਅੱਧੀ ਬੋਤਲ ਸ਼ਰਾਬ ਦੀ ਭਰੀ ਪਈ ਸੀ। ਹਰੀ ਨੇ ਅੱਧਿਓ ਵੱਧ ਬਹੁਤੀ ਅੱਧੀੋਂ ਬਹੁਤੀ ਇੱਕੋ ਵਾਰੀ ਪਿੱਤਲ ਦੇ ਗਲਾਸ ਵਿੱਚ ਪਾਈ ਤੇ ਬੈਨ ਪਾਣੀ ਉਹ ਅੰਦਰ ਸੁੱਟ ਲਈ ਤੇ ਆਪਣੇ ਮੂੰਹ ਦਾ ਘੜਤਣ ਬਦਲ ਲਈ ਉਸਨੇ ਤਾਰੋਂ ਨੂੰ ਬਾਹੋਂ ਖਿੱਚਿਆ ਕਾਲਿਆ ਆ ਤਾਂ ਪੀਲਾ ਤਾਰੋਂ ਨੇ ਅੰਦਰੋਂ ਉੱਠਦੇ ਰੋਹ ਨੂੰ ਨੱਪਦਿਆਂ ਹੋ ਕੇ ਬੜੀ ਔਕੀ ਹੋਈ ਨਾ ਆਖਿਆ ਤੇ ਮੁੜਕ ਕੇ ਉਸ ਤੋਂ ਇੱਕ ਪਾਸੇ ਹੋ ਗਈ ਬਾਹ ਛੜਾ ਕੇ ਅੱਜ ਕੇ ਅੱਜ ਕੇ ਹਰੀ ਨਸੇ ਵਿੱਚ ਗੁੱਟ ਸੀ ਉਸਨੇ ਬਾਕੀ ਬਚੀ ਬੋਤਲ ਵੀ ਮੂੰਹ ਲਾ ਕੇ ਪੀ ਲਈ ਕਿਵੇਂ ਪੀਤੀ ਉਸ ਨੂੰ ਕੁਝ ਹੋਸ਼ ਹੀ ਨਹੀਂ ਸੀ ਤੇ ਤੜਕੇ ਖੂਹ ਦੀ ਮੌਣ ਉਤੇ ਪਈ ਹਰੀ ਦੀ লাশ ਦੁਆਲੇ ਜੁੜੀ ਲੋਕਾਂ ਦੀ ਭੀੜ ਅੱਜ ਫੇਰ ਚਰਚਾ ਕਰ ਰਹੀ ਸੀ ਉਸ ਪ੍ਰੇਤ ਆਤਮਾ ਦੇ ਕਹਿਰ ਦੀਆਂ ਗੱਲਾਂ ਕਰ ਰਹੀ ਸੀ ਜਾਨਕਿ ਹਰੀ ਉਸੇ ਖੂਹ ਦੀ ਮੌਣ ਤੇ ਕਿਸੇ ਪ੍ਰੇਤ ਦਾ ਸ਼ਿਕਾਰ ਹੋ ਗਿਆ ਸੀ ਤੇ ਤਾਰੋ ਉਸ ਰਾਤ ਦੇ ਹਨੇਰੇ ਨੂੰ ਚੀਜ਼ਦੀ ਹੋਈ ਤਸੱਲੀ ਨਾਲ ਘਰੇ ਆਈ ਤਾਰੋ ਚੁੱਲ੍ਹੇ ਮੂਰੇ ਬੈਠੇ ਸੀ ਗੇਲੀਆਂ ਛਟੀਆਂ ਤੁਕਦੀਆਂ ਤੁਕਦੀਆਂ ਆਪਣੇ ਆਪ ਵਿੱਚ ਭਾਂਬੜ ਵਾਂਗ ਮਚ ਪਈਆਂ ਤੇ ਉਹ ਇੱਕ ਤਸੱਲੀ ਜਿਹੀ ਨਾਲ ਬਲਦੀ ਹੋਈ ਅੱਗ ਵੱਲ ਵੇਨਦੀ ਰਹੀ ਸੀ ਇਹ ਐ ਦੋਸਤੋ ਗਿੱਲੀਆਂ ਛਟੀਆਂ ਦੀ ਅੱਗ ਇੱਜ਼ਤ ਆਬਰੂ ਭਾਵੇਂ ਗਰੀਬ ਦੀ ਐ ਭਾਵੇਂ ਅਮੀਰ ਦੀ ਐ ਬਲਦੇਵ ਸਿੰਘ ਸੜਕਨਾਵਾਂ ਦੀ ਕਹਾਣੀ ਐ ਇਹਦਾ ਰਾਮ ਸਰੂਪ ਅਣਖੀ ਨੇ ਵੀ ਬੜੀਆਂ સરੀਆਂ ਕਹਾਣੀਆਂ ਲਿਖੀਆਂ ਨੇ ਗਰੀਬ ਭਾਈਚਾਰਿਆਂ 'ਚ ਵੀ ਬਹੁਤ ਸਾਰੇ ਲੋਕ ਹੁੰਦੇ ਨੇ ਬੰਤੇ ਵਰਗੇ ਲੋਕ ਹੁੰਦੇ ਨੇ ਤਾਰੋ ਵਰਗੀਆਂ ਦਲੇਰ ਪੰਜਾਬਣਾਂ ਹੁੰਦੀਆਂ ਨੇ ਜਿਹੜੀਆਂ ਕਿਸੇ ਵੀ ਕੀਮਤ 'ਤੇ ਆਪਣੀ ਇੱਜ਼ਤ ਦਾਤੇ ਨਹੀਂ ਲਾਉਂਦੀਆਂ ਤੇ ਉਹ ਹਰੀ ਵਰਗੀਆਂ ਲਾਹਨਤੀ ਪ੍ਰੇਤ ਆਤਮਾਵਾਂ ਵੀ ਹੁੰਦੀਆਂ ਨੇ ਜਿਹੜੀਆਂ ਪਤਾ ਨਹੀਂ ਕਿੰਨੇ ਬੰਤੇ ਤੇ ਕਿੰਨੇ ਇੰਦਵਾਂ ਦੇ ਪਿਤਾਵਾਂ ਨੂੰ ਭਰਾਵਾਂ ਨੂੰ ਖਾ ਜਾਂਦੇ ਨੇ ਸੋ ਬੜੀ ਕਮਾਲ ਦੀ ਕਹਾਣੀ ਹੈ ਸ਼ਾਇਦ ਇਸ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9 ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ twanareadio.com ਦੇ ਜ਼ਰੀਏ ਲਾਈਵ ਸੁਣਦੇ ਹੋ ਆਪਣੀ ਵੈਬਸਾਈਟ twanareadio.com ਤੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ ਇਨਸਟਾਲ ਕਰੋ twanareadio ਦਾ ਫੇਸਬੁੱਕ ਪੇਜ ਉੱਤੇ ਪੇ ਦਾ ਲਿੰਕ ਮਿਲੇਗਾ ਲਾਈਕ ਕਰ ਦਿਓ ਬੈਲ ਆਈਕਨ ਦਵਾ ਦਿਓ ਇਸ ਫਰੋਂ ਦਾ ਫੇਸਬੁੱਕ ਦਾ ਤੇ YouTube ਦਾ ਲਿੰਕ ਆਪਣੇ WhatsApp ਨੰਬਰ ਤੇ ਮਗਾਉਣਾ ਤਾਂ ਆਪਣੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਉਸੇ ਨੰਬਰ ਤੇ ਹੈ ਜਿਸ ਨੰਬਰ ਤੇ ਤੁਸੀਂ ਭਰਾਮ ਚ ਵੀ ਕਾਲ ਕਰਦੇ ਹੋ ਪਟਿਆਲਾ ਸਟੂਡੀਓ ਦਾ ਮੇਰਾ ਨੰਬਰ ਹੈ 9876309655 9876309655